ਅਸਲਾਮ ਵਾਲੇਕੁਮ। ਉਮੀਦ ਕਰਨਾ ਕਿ ਸਾਰੇ ਦੋਸਤ ਬਿਲਕੁਲ ਖਰੀਦ ਨਾਲ ਠੀਕ ਠਾਕ ਹੋਣਗੇ। ਅੱਜ ਤੁਹਾਨੂੰ ਅਸੀਂ ਵਾਸ਼ਿੰਗ ਮਸ਼ੀਨ ਦੇ ਟਾਈਮਰ ਕਨੈਕਸ਼ਨ ਦਾ ਤਰੀਕਾ ਵਿਖਾਵਾਂਗੇ, ਕਿਸ ਤਰੀਕੇ ਨਾਲ ਤੁਸੀਂ ਉਹਦੀ ਕਨੈਕਸ਼ਨ ਕਰ ਲੈਣ। ਵੀਡੀਓ ਸਾਡੀ ਤੁਸੀਂ ਕਲਿੱਕ ਕਰ ਹੀ ਲਈ ਹੈ ਅਤੇ ਇਸ ਵੀਡੀਓ ਦੇ ਟਿੱਕੇ ਰਹੋ ਤਾਂ ਕਿ ਤੁਹਾਨੂੰ ਏ ਟੂ ਜ਼ੈਡ ਸਮਝ ਆਏ। ਤੁਹਾਨੂੰ ਟੋਟਲ ਡਾਇਆਗ੍ਰਾਮ ਬਣਾ ਕੇ ਸਮਝਾਵਾਂਗਾ ਕਿਸ ਤਰੀਕੇ ਨਾਲ ਇਹਦੇ ਕਨੈਕਸ਼ਨ ਹੁੰਦੇ ਨੇ, ਇੱਕ ਇੱਕ ਚੀਜ਼ ਤੁਹਾਨੂੰ ਟਾਈਮਰ ਦੇ ਫੰਕਸ਼ਨ ਸਮਝਾਵਾਂਗਾ, ਉਹਦੇ ਫੰਕਸ਼ਨ ਕੀ ਹੁੰਦੇ ਨੇ, ਅਤੇ ਇਹ ਚੀਜ਼ਾਂ ਕਪੈਸਿਟਰ, ਟਾਈਮਰ, ਲੀਡ ਵਗੈਰਾ, ਪੈਪ ਵਗੈਰਾ, ਇਹਦਾ ਸਾਰਾ ਇੰਸਟਾਲੇਸ਼ਨ ਤੁਹਾਨੂੰ ਹੈ ਕਰਕੇ ਵਿਖਾਉਂਦੇ ਹਾਂ। ਅਤੇ ਵੀਡੀਓ ਸਾਡੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਲਾਜ਼ਮੀ ਵੇਖੋ। ਆਪਣੀ ਮਸ਼ੀਨ ਕਰ ਦਿਓ ਜਾਂ ਕਿ ਤੁਸੀਂ ਸਿੱਖਦੇ ਪਿਓ ਜਾਂ ਕਿਸੇ ਦੀ ਤੁਸੀਂ ਮਸ਼ੀਨ ਨੂੰ ਖੋਲ ਲਿਆ ਤਾਂ ਤੁਹਾਨੂੰ ਸਮਝ ਨਹੀਂ ਆਉਂਦੀ, ਲੇਕਿਨ ਵੀਡੀਓ ਸਾਡੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖੋਗੇ ਤਾਂ ਇਨਸ਼ਾਅੱਲਾ ਇੱਕ ਵਾਰੀ ਤੁਸੀਂ ਵੀਡੀਓ ਅਵੇਲੀ ਕਨੈਕਸ਼ਨ ਤੁਹਾਡੇ ਜ਼ਿਹਨ ਦੇ ਵਿੱਚ ਬਹਿ ਜਾਣਗੇ ਪੱਕੇ ਪੱਕੇ। ਮੈਂ ਤਰੀਕਾ ਇਸ ਤਰੀਕੇ ਨਾਲ ਸਮਝਾਵਾਂਗਾ ਕਿ ਤੁਹਾਨੂੰ ਲਾਈਫ ਟਾਈਮ ਇਹ ਕਨੈਕਸ਼ਨ ਭੁੱਲਣ ਨਾ, ਜ਼ਿਹਨ ਦੇ ਵਿੱਚ ਤੁਹਾਡੇ ਪੂਰੇ ਬੈਠੇ ਰਹਿਣ। ਸਭ ਤੋਂ ਪਹਿਲਾਂ ਇਹ ਮਸ਼ੀਨ ਦਾ ਪੈਨਲ ਉੱਤੇ ਖੋਲ ਲੈਣਾ, ਇਹਦੇ ਵਿੱਚ ਹੀ ਸਾਰਾ ਸਰਕਟ ਹੁੰਦਾ। ਉਸ ਤੋਂ ਬਾਅਦ ਤੁਹਾਨੂੰ ਮੈਂ ਟਾਈਮਰ ਦਾ ਪਹਿਲਾਂ ਟਾਈਮਰ ਦਾ ਸਮਝਾਉਣਾ ਕਿ ਟਾਈਮਰ ਚੀਜ਼ ਕੀ ਹੁੰਦੀ ਹੈ। ਟਾਈਮਰ ਦੇ ਵਿੱਚ ਹੁੰਦੀਆਂ ਨੇ 6 ਤਾਰਾਂ, ਟੋਟਲ 6 ਤਾਰਾਂ। 6 ਤਾਰਾਂ ਦੇ ਵਿੱਚ ਫੰਕਸ਼ਨ ਹੁੰਦਾ ਹੈ ਕਿ ਉਹਨਾਂ ਦੇ ਕਲਰ ਉਸ ਦਿਨ 'ਚ ਰੱਖਣੇ ਹੁੰਦੇ ਨੇ। ਇੱਕ ਸਾਈਡ 'ਤੇ 3, ਇੱਕ ਸਾਈਡ 'ਤੇ 3 ਹੁੰਦੀਆਂ ਨੇ। ਜਿਹੜੀਆਂ ਪਹਿਲੀ ਸਾਈਡ 'ਤੇ 3 ਨੇ ਨਾ, ਉਹਦੇ ਵਿੱਚ ਨੀਲੀ ਹੈ, ਇਹ ਵੇਖੋ ਨੀਲੀ, ਉਸ ਤੋਂ ਬਾਅਦ ਬਲੈਕ ਅਤੇ ਗ੍ਰੇ। ਜਿਹੜੀ ਬਲੈਕ ਅਤੇ ਗ੍ਰੇ ਹੈ ਇਹ ਜਦੋਂ ਅਸੀਂ ਸਵਿੱਚ ਆਨ ਕਰਾਂਗੇ ਇਹਨਾਂ ਦੇ ਪੁਆਇੰਟ ਅੰਦਰ ਵਾਲੀ ਸਾਈਡ ਤੋਂ ਜਿਹੜੇ ਨੇ ਜੁੜ ਜਾਣੇ ਨੇ, ਇਹਦਾ ਕਰੰਟ ਜਿਹੜਾ ਸਿੱਧਾ ਜਾਏਗਾ ਸਾਡੇ ਸਿਲੈਕਟਰ ਸਵਿੱਚ 'ਚ। ਇੱਥੋਂ ਪੁਆਇੰਟ ਅੰਦਰੋਂ ਜੁੜਦੇ ਨੇ, ਨਿਸ਼ਾਨ ਉੱਤੇ ਨਜ਼ਰ ਆ ਰਹੇ ਨੇ ਤੁਹਾਨੂੰ ਇੱਕ ਸਬਜ਼ ਹੈ, ਅਤੇ ਇਸ ਤਰ੍ਹਾਂ ਪੁਆਇੰਟ ਆਪਸ 'ਚ ਜੁੜ ਜਾਂਦੇ ਨੇ ਜਦੋਂ ਆਨ ਹੁੰਦਾ। ਜਦੋਂ ਆਫ ਹੁੰਦਾ ਇਹਨੇ ਇੱਧਰੋਂ ਕਨੈਕਸ਼ਨ ਹਟ ਕੇ ਅਤੇ ਸਾਡਾ ਬੈੱਲ ਵਾਲਾ ਜਿਹੜਾ ਦੂਸਰੀ ਸਾਈਡ 'ਤੇ ਲਾਲ ਨਿਸ਼ਾਨ ਲਾਇਆ ਉਸ ਸਾਈਡ 'ਤੇ ਇਹਨੇ ਜੋੜ ਜਾਣਾ, ਫਿਰ ਆਫ ਹੋ ਜਾਂਦਾ ਮਸ਼ੀਨ ਅਤੇ ਬੈੱਲ ਸਾਡੀ ਵੱਜਦੀ ਰਹਿੰਦੀ, ਯਾਨੀ ਕਿ ਇਹਦੀ ਘੰਟੀ ਜਿਹੜੀ ਉਹ ਵੱਜਦੀ ਰਹਿੰਦੀ ਹੈ। ਇਹ ਸਿਲੈਕਟਰ ਸਵਿੱਚ ਹੈ ਸਾਈਡ 'ਤੇ, ਸਿਲੈਕਟਰ ਸਵਿੱਚ ਦੇ ਫੰਕਸ਼ਨ ਹੁੰਦੇ ਨੇ, ਇਹਦੇ ਵਿੱਚ 4 ਟਰਮੀਨਲ ਹੁੰਦੇ ਨੇ। ਸੈਂਟਰ ਵਾਲਾ ਤੁਸੀਂ ਖਾਲੀ ਛੱਡਣਾ, ਇੱਕ ਸਾਈਡ 'ਤੇ ਜਿਹੜਾ ਮੇਨ ਟਰਮੀਨਲ ਹੁੰਦਾ ਇਹ ਵਾਲਾ, ਇਹਦੇ ਨਾਲ ਤੁਸੀਂ ਗ੍ਰੇ ਤਾਰ ਲਾ ਦੇਣੀ ਹੈ। ਗ੍ਰੇ ਤੋਂ ਬਾਅਦ ਜਿਹੜੀ ਸਾਡੀ ਰੈੱਡ ਜਿਹੜੀ ਟਾਈਮਰ ਦੀ ਤਾਰ ਹੈ ਉਹ ਤੁਸੀਂ ਇੱਕ ਸਾਈਡ 'ਤੇ ਲਾ ਦੇਣੀ ਹੈ। ਇੱਕ ਯੈਲੋ ਤਾਰ ਹੈ ਉਹਨੂੰ ਇਸ ਤਰੀਕੇ ਨਾਲ ਕਨੈਕਸ਼ਨ ਕਰ ਲੈਣਾ। ਜਦੋਂ ਅਸੀਂ ਇਹਨੂੰ ਸਿਲੈਕਟ ਕਰਾਂਗੇ ਲਾਲ ਤਾਰ ਵਾਲੀ ਸਾਈਡ ਨੂੰ, ਤਾਂ ਇਹ ਸਾਡੀ ਮਸ਼ੀਨ ਜਿਹੜੀ ਹੈ 2-ਵੇ ਕਰਨ ਲੱਗ ਪਏਗੀ। ਜਦੋਂ ਦੂਸਰੀ ਸਾਈਡ 'ਤੇ ਅਸੀਂ ਇਹਨੂੰ ਪੀਲੀ ਵਾਲੀ ਸਾਈਡ 'ਤੇ ਕਰਾਂਗੇ 1-ਵੇ ਚੱਲੇਗੀ। ਹੁਣ ਤੁਹਾਨੂੰ ਮੁਕੰਮਲ ਕਨੈਕਸ਼ਨ ਸਮਝਾਉਣਾ, ਅਤੇ ਇਹਦਾ ਤੁਸੀਂ ਸਕਰੀਨਸ਼ਾਟ ਲੈ ਲੈਣਾ। ਇਹ ਜਿਹੜੀ ਕਨੈਕਸ਼ਨ ਮੈਂ ਤੁਹਾਨੂੰ ਇਹਦੇ 'ਤੇ ਡਾਇਆਗ੍ਰਾਮ ਬਣਾ ਕੇ ਸਮਝਾ ਰਿਹਾ, ਇਹਦਾ ਤੁਸੀਂ ਸਕਰੀਨਸ਼ਾਟ ਲੈ ਲੈਣਾ। ਜਦੋਂ ਤੁਸੀਂ ਸਕਰੀਨਸ਼ਾਟ ਲੈ ਲਓਗੇ ਤੁਹਾਨੂੰ ਕਿਸੇ ਸਮਝ ਨਹੀਂ ਆਏਗੀ, ਉਹ ਮੁਕੰਮਲ ਤੌਰ 'ਤੇ ਤੁਹਾਡੇ ਜ਼ਿਹਨ ਦੇ ਵਿੱਚ ਇਹਦੇ ਕਨੈਕਸ਼ਨ ਬਹਿ ਜਾਣਗੇ ਇਨਸ਼ਾਅੱਲਾ। ਅਤੇ ਇੱਥੇ ਸਾਡੀਆਂ ਸਾਰੀਆਂ ਚੀਜ਼ਾਂ ਆ ਗਈਆਂ ਨੇ, ਟਾਈਮਰ, ਸਿਲੈਕਟ ਸਵਿੱਚ, ਬੈੱਲ, ਲਾਈਟ, ਮੋਟਰ, ਕਪੈਸਟਰ, ਯਾਨੀ ਕਿ ਇਹ ਚੀਜ਼ਾਂ ਵਾਸ਼ਿੰਗ ਮਸ਼ੀਨ ਦੇ ਵਿੱਚ ਅੰਦਰ ਹੁੰਦੀਆਂ ਨੇ। ਸਭ ਤੋਂ ਪਹਿਲਾਂ ਸਾਡੀ ਮੇਨ ਲੀਡ ਹੈ ਰੈੱਡ ਵਾਲੀ, ਇਹਦੀਆਂ ਸਿਰਫ 3 ਪੁਆਇੰਟ ਨੇ। ਇੱਕ ਤੁਸੀਂ ਮੋਟਰ ਦੀ ਸਿੰਗਲ ਤਾਰ ਜਿਹੜੀ ਇੱਕ ਕਲਰ ਦੀ ਉਹ ਲਾਣੀ ਹੈ, ਇੱਕ ਅਸੀਂ ਬੈੱਲ ਦੀ ਤਾਰ ਲਾਣੀ ਹੈ, ਇੱਕ ਲਾਈਟ ਦੀ ਤਾਰ, ਇਹਨੂੰ ਲਾ ਕੇ ਇਸ ਤੋਂ ਬਾਅਦ ਅਸੀਂ ਇੱਥੇ ਟੇਪ ਕਰ ਦੇਣੀ ਹੈ। ਦੂਸਰੇ ਨੰਬਰ 'ਤੇ ਸਾਡੀ ਕਾਲੀ ਤਾਰ ਆ ਗਈ ਜਿਹੜੀ ਟਾਈਮਰ ਦੇ ਨਾਲ ਲੱਗਣੀ ਹੈ, ਉਹਦੇ ਸਿਰਫ ਇੱਕ ਤਾਰ ਲਾਈਟ ਦੀ ਲਾਣੀ ਹੈ, ਇਸ ਤੋਂ ਇਲਾਵਾ ਇਹਦੇ 'ਤੇ ਕਰਕੇ ਕਨੈਕਸ਼ਨ ਅਤੇ ਓਕੇ ਕਰ ਦੇਣਾ ਇਹਨੂੰ, ਠੀਕ ਹੈ। ਉਸ ਤੋਂ ਬਾਅਦ ਸਾਡੀ ਗ੍ਰੇ ਤਾਰ, ਤੁਹਾਨੂੰ ਪਹਿਲੇ ਵੀ ਸਮਝਾਇਆ, ਗ੍ਰੇ ਤਾਰ ਜਿਹੜੀ ਉਹ ਸਿਲੈਕਟਰ ਸਵਿੱਚ ਦੇ ਇੱਕ ਕਾਰਨਰ 'ਤੇ ਇਸ ਤਰੀਕੇ ਨਾਲ ਲੱਗ ਜਾਣੀ ਹੈ। ਉਸ ਤੋਂ ਬਾਅਦ ਸਾਡੀ ਆ ਗਈ ਰੈੱਡ ਤਾਰ। ਰੈੱਡ ਤਾਰ ਅਸੀਂ ਸਿਲੈਕਟਰ ਸਵਿੱਚ ਦੇ 3 ਟਰਮੀਨਲ ਨੇ, ਉਹਨਾਂ ਦੇ ਵਿੱਚੋਂ ਸੈਂਟਰ ਵਾਲਾ ਛੱਡ ਦੇਣਾ, ਦੋਨਾਂ ਸਾਈਡਾਂ ਦੇ ਵਿੱਚ ਕਿਸੇ ਸਾਈਡ 'ਤੇ ਵੀ ਤੁਸੀਂ ਲਾ ਕੇ ਅਤੇ ਉਹਨੂੰ 2-ਵੇ 'ਤੇ ਸਿਲੈਕਟ ਕਰ ਲੈਣਾ, ਠੀਕ ਹੈ। ਜਿਸ ਸਾਈਡ 'ਤੇ ਅਸੀਂ ਕਰਾਂਗੇ ਉੱਥੋਂ ਸਵਿੱਚ ਨੂੰ, ਜਿਸ ਟਾਇਰ 'ਤੇ ਘੁਮਾਵਾਂਗੇ ਉਸ ਸਾਈਡ ਨੂੰ, ਇਹਦਾ ਜਿਹੜਾ ਸਾਡਾ ਸਿਲੈਕਟਰ ਸਵਿੱਚ ਚੱਲਣ ਲੱਗ ਪਏਗਾ। ਜਿਹੜੀ ਅੱਗੇ ਤੀਸਰੀ ਸਾਈਡ ਸੀ ਸਾਡੀ, ਉਹਦੇ 'ਤੇ ਅਸੀਂ ਔਰੇਂਜ ਜਾਂ ਯੈਲੋ ਦੋਨਾਂ 'ਚ ਕੋਈ ਵੀ ਅਸੀਂ ਤਾਰ ਲਾ ਸਕਦੇ ਹਾਂ। ਟਾਈਮਰ ਦੀ ਜਿਹੜੀ ਔਰੇਂਜ ਤਾਰ ਹੈ ਉਹ ਕਪੈਸਟਰ ਦੀ ਅਸੀਂ ਇੱਕ ਸਾਈਡ 'ਤੇ ਲਾ ਕੇ, ਮੋਟਰ ਦੀਆਂ 2 ਇੱਕ ਕਲਰ ਦੀਆਂ ਤਾਰਾਂ ਹੋਣਗੀਆਂ ਜਿਹੜੀਆਂ ਕਿ ਅਸੀਂ ਕਪੈਸਟਰ ਦੇ ਨਾਲ ਲਾਉਣੀਆਂ ਨੇ। ਇੱਥੋਂ ਅਸੀਂ ਨੀਲੀਆਂ ਤਾਰਾਂ ਸ਼ੋਅ ਕੀਤੀਆਂ ਨੇ, ਹੋ ਸਕਦਾ ਇਹਦੇ 'ਚ ਰੈੱਡ ਵੀ ਹੋ ਸਕਦੀਆਂ ਨੇ, ਇਹਦੇ ਵਿੱਚ ਬਲੈਕ ਵੀ ਹੋ ਸਕਦੀਆਂ ਨੇ, ਸਬਜ਼ ਵੀ ਹੋ ਸਕਦੀਆਂ, ਕਿਸੇ ਕਲਰ ਦੀਆਂ ਹੋ ਸਕਦੀਆਂ ਨੇ। ਇਹ ਜਿਹੜਾ ਸਾਡਾ ਸਿੰਪਲ ਤਰੀਕਾ। ਇੱਕ ਜਿਹੜੀ ਸਾਡੀ ਪੀਲੀ ਤਾਰ ਅਸੀਂ ਸਿਲੈਕਟਰ ਸਵਿੱਚ ਦੇ ਵਿੱਚ ਲਾਈ ਹੈ, ਉਹ ਅਸੀਂ
ਕਪੈਸਟਰ ਨੂੰ ਲਿਆ ਕੇ ਲਾ ਦੇਣੀ ਹੈ। ਅਗਰ ਅਸੀਂ ਉੱਥੇ ਸਿਲੈਕਟ ਕਰਾਂਗੇ ਪੀਲੀ ਤਾਰ ਵਾਲੀ ਸਾਈਡ 'ਤੇ, ਤਾਂ ਸਾਡੀ ਮੋਟਰ ਜਿਹੜੀ ਵਾਸ਼ਿੰਗ ਮਸ਼ੀਨ ਹੈ ਸਿੰਗਲ ਸਾਈਡ ਨੂੰ ਚੱਲਣ ਲੱਗ ਪਏਗੀ। ਇਹ ਉੱਤੇ ਨੀਲੀ ਤਾਰ ਦਾ ਕਨੈਕਸ਼ਨ ਬਣਾ, ਨੀਲੀ ਤਾਰ ਟਾਈਮਰ ਦੀ ਜਿਹੜੀ ਆ ਉਹ ਸਿੱਧੀ ਸਿੱਧੀ ਬੈਲ ਦੇ ਨਾਲ ਲੱਗ ਜਾਏਗੀ। ਸਿਰਫ ਔਰ ਸਿਰਫ ਇੰਨੇ ਕਨੈਕਸ਼ਨ, ਜੇ ਇਹ ਸਕਰੀਨਸ਼ਾਟ ਲੈ ਲਓ, ਇਨਸ਼ਾਅੱਲਾ ਇਨਸ਼ਾਅੱਲਾ ਤੁਹਾਨੂੰ ਪੂਰੀ ਜ਼ਿੰਦਗੀ ਕਨੈਕਸ਼ਨ ਨਹੀਂ ਭੁੱਲਣ ਲੱਗੇ। ਹੁਣ ਤੁਹਾਨੂੰ ਮੈਂ ਪ੍ਰੈਕਟੀਕਲ ਕਰਕੇ ਵੀ ਵਹਾਨਾ ਕਿ ਇਹਦੇ ਜਿਹੜੇ ਮੇਨ ਕਨੈਕਸ਼ਨ ਕਿਸ ਤਰੀਕੇ ਨਾਲ ਹੁੰਦੇ ਨੇ, ਤਾਂ ਕਿ ਤੁਹਾਨੂੰ ਮਜ਼ੀਦ ਅੱਛੇ ਤਰੀਕੇ ਨਾਲ ਸਮਝ ਆ ਸਕੇ। ਡਾਇਆਗ੍ਰਾਮ ਤਾਂ ਤੁਹਾਨੂੰ ਬਹੁਤ ਈਜ਼ੀ ਸਮਝ ਆ ਗਈ ਹੋਣੀ ਆ। ਹੁਣ ਤੁਹਾਨੂੰ ਮੈਂ ਇੱਥੇ ਸਿਲੈਕਟਰ ਸੋਚਦੇ, ਯਾਨੀ ਕਿ ਕਨੈਕਸ਼ਨ ਅਤੇ ਟਾਈਮਰ ਦੇ ਕਨੈਕਸ਼ਨ ਤੁਹਾਨੂੰ ਸਮਝਾਉਣਾ। ਇਸ ਮਸ਼ੀਨ ਦੇ ਵਿੱਚ ਨਾ ਤਾਂ ਬੈੱਲ ਹੈ ਅਤੇ ਨਾ ਹੀ ਲਾਈਟ ਹੈ, ਸਿਰਫ ਇੱਕ ਟਾਈਮਰ ਅਤੇ ਇੱਕ ਸਿਲੈਕਟਰ ਸੋਚਿਆ। ਇਹ ਵੀ ਤੁਹਾਨੂੰ ਮੈਂ ਤਰੀਕਾ ਸਿੰਪਲ ਸਮਝਾ ਦਿੰਦਾ ਕਿ ਇਹਦੇ ਵਿੱਚ ਕੋਈ ਉਲਝਣ ਵਾਲੀ ਗੱਲ ਨਹੀਂ, ਸਿੱਧੀਆਂ ਸਿੱਧੀਆਂ ਤਾਰਾਂ ਨੇ। ਇਹ ਸਾਡੀਆਂ ਤਿੰਨ ਤਾਰਾਂ ਇਹ 'ਚ ਲੱਗੀਆਂ ਸਨ, ਇੱਕ ਤਾਰ ਇਹ ਵੀ ਕਿ ਸਿੰਗਲ ਦੀ, ਇਹ ਅਸੀਂ ਬਣਾਈ ਸੀ ਵਨ ਵੇ ਦੀ ਤਾਰ। ਦੋ ਤਾਰਾਂ ਜਿਹੜੀਆਂ ਇਹਦੇ ਵਿੱਚ, ਇੱਕ ਤਾਰ ਜਿਹੜੀ ਆ ਨਾ ਵਨ ਵੇ ਦੀ, ਇਹ ਸਿੱਧੀ ਸਿੱਧੀ ਕਪੈਸਟਰ ਨਾਲ ਜਾ ਕੇ ਲੱਗਦੀ, ਜਿਸ ਤਰ੍ਹਾਂ ਤੁਹਾਨੂੰ ਪਿੱਛੇ ਸਮਝਾਇਆ। ਦੂਸਰੀ ਇਹ ਵਾਲੀ ਓਰੇਂਜ ਜਿਹੜੀ ਹੈ, ਇਹ ਵੀ ਕਪੈਸਟਰ ਦੇ ਨਾਲ ਲੱਗਣੀ ਹੈ। ਮੋਟਰ ਦੀਆਂ ਦੋ ਤਾਰਾਂ ਕਪੈਸਟਰ ਦੇ ਨਾਲ ਲੱਗ ਜਾਂਦੀਆਂ, ਇਸ ਤਰੀਕੇ ਨਾਲ ਵਨ ਵੇ ਟੂ ਵੇ ਕਰੇਗਾ ਕੰਮ ਹੈ, ਠੀਕ ਹੈ। ਜਿਹੜੀ ਸਾਡੀ ਇੱਕ ਤਾਰ ਅਸੀਂ ਐਕਸਟਰਾ ਲਾਈਏ, ਉਹ ਸਾਡੀ ਮੇਨ ਤਾਰ ਹੈ। ਤਿੰਨ ਤਾਰਾਂ, ਦੋ ਕਪੈਸਟਰ ਦੀਆਂ, ਇੱਕ ਮੇਨ ਬਲੈਕ ਵਾਲੀ। ਜਿਹੜੀ ਰੈੱਡ ਤਾਰ ਹੈ ਅਸੀਂ ਉੱਤੇ ਨਹੀਂ ਲਿਆਉਂਦੀ, ਉਹ ਸਿੱਧੀ ਸਿੱਧੀ ਮੋਟਰ ਨਾਲ ਲੱਗ ਜਾਣੀ, ਕਿਉਂਕਿ ਇਹਦੇ ਵਿੱਚ ਨਾ ਤਾਂ ਬੈੱਲ ਹੈ ਅਤੇ ਨਾ ਲਾਈਟ ਹੈ। ਅਗਰ ਬੈੱਲ ਅਤੇ ਲਾਈਟ ਹੋਏਗੀ, ਫਿਰ ਤੁਸੀਂ ਉਹ ਰੈੱਡ ਵਾਲੀ ਤਾਰ ਜਿਹੜੀ ਹੈ ਉੱਤੇ ਲੈ ਕੇ ਆਉਣੀ ਹੈ, ਤਾਂ ਕਿ ਉਹ ਅਸੀਂ ਲਾਈਟ 'ਤੇ ਉਹਨੂੰ ਕਰੰਟ ਦੇ ਸਕੀਏ। ਬਾਕੀ ਉਹਦਾ ਫੰਕਸ਼ਨ ਕੋਈ ਨਹੀਂ ਹੈ ਇਸ ਮਸ਼ੀਨ ਦੇ ਵਿੱਚ। ਇਹ ਸਿੰਪਲ ਤਰੀਕਾ ਹੈ ਇਸ ਮਸ਼ੀਨ ਦੇ ਕਨੈਕਸ਼ਨ, ਯਾਨੀ ਕਿ ਅਗਰ ਉਹਦੇ 'ਚ ਲਾਈਟ ਅਤੇ ਬੈੱਲ ਵਗੈਰਾ ਨਹੀਂ ਹੈ, ਤਾਂ ਤੁਸੀਂ ਇਸ ਤਰੀਕੇ ਨਾਲ ਕਨੈਕਸ਼ਨ ਕਰ ਸਕਦੇ ਹੋ। ਬੜਾ ਹੀ ਆਸਾਨ ਤਰੀਕਾ ਹੈ ਕਨੈਕਸ਼ਨ, ਜਿਸ ਤਰੀਕੇ ਨਾਲ ਤੁਹਾਨੂੰ ਡਾਇਗ੍ਰਾਮ 'ਤੇ ਸਮਝਾਏ ਨੇ ਉਹੀ ਤਰੀਕਾ ਇਹਦਾ ਹੁੰਦਾ। ਇਹ ਵੇਖੋ, ਇਹ ਸਿਲੈਕਟਰ ਸੋਚਿਆ, ਮੈਂ ਤੁਹਾਨੂੰ ਖੋਲ੍ਹ ਕੇ ਵਹਾਨਾ। ਇਹ ਜਿਹੜੀ ਇੱਕ ਤਾਰ ਅਸੀਂ ਜੋੜ ਲਾਉਣ ਤੋਂ ਬਜਾਏ, ਅਸੀਂ ਸਿੱਧਾ ਅੰਦਰ ਟਰਮੀਨਲ ਜਿੱਥੇ ਸਾਡੀ ਓਰੇਂਜ ਤਾਰ ਲੱਗੀ ਸੀ ਨਾ, ਉੱਥੇ ਅਸੀਂ ਉਹਦੇ ਨਾਲ ਇੱਕ ਤਾਰ ਲਾ ਕੇ ਬਾਹਰ, ਅਤੇ ਉਹ ਡਾਇਰੈਕਟ ਅਸੀਂ ਕਪੈਸਟਰ ਨੂੰ ਲਾ ਦਿੱਤੀ ਹੈ। ਅਗਰ ਤੁਸੀਂ ਬਾਹਰੋਂ ਵੀ ਜੋੜ ਲਾਉਂਦੇ ਤਾਂ ਫਰਕ ਕੋਈ ਨਹੀਂ ਸੀ ਪੈਣਾ, ਉਜ਼ਾਫੀ ਸਾਨੂੰ ਤਾਰ ਕੱਟਣੇ ਪੈਣੇ ਸੀ ਜੋੜ ਲਾਉਣ। ਇਸ ਵਾਸਤੇ ਅਸੀਂ ਸਿਲੈਕਟਰ ਸੋਚ ਦੇ ਵਿੱਚ ਅੰਦਰ ਤਾਰ ਲਾ ਲਈ ਸੀ ਓਰੇਂਜ। ਇਹਦੇ ਵਿੱਚ ਤੁਸੀਂ ਕੋਈ ਮਸਲਾ ਨਹੀਂ, ਤੁਸੀਂ ਓਰੇਂਜ ਲਾਓ ਜਾਂ ਪੀਲੀ ਲਾਓ, ਦੋ ਤਾਰਾਂ ਹੁੰਦੀਆਂ ਨੇ, ਜਿਹੜੀ ਮਰਜ਼ੀ ਲਾ ਲਓ ਤੁਸੀਂ ਇਹਦੇ ਵਿੱਚ। ਇੱਕ ਗ੍ਰੇ, ਇੱਕ ਜਿਹੜੀ ਹੈ ਰੈੱਡ, ਰੈੱਡ ਲਾਜ਼ਮੀ ਲਾਉਣੀ ਹੈ, ਗ੍ਰੇ ਲਾਜ਼ਮੀ ਲਾਉਣੀ ਹੈ, ਓਰੇਂਜ ਜਾਂ ਪੀਲੀ, ਦੋਨਾਂ ਦੇ ਵਿੱਚ ਕੋਈ ਤੁਸੀਂ ਚੁਆਇਸ ਕਰ ਸਕਦੇ ਹੋ। ਕੋਈ ਮਸਲਾ ਨਹੀਂ, ਜਿਹੜੀ ਤਾਰ ਅੱਛੇ ਤਰੀਕੇ ਨਾਲ ਤੁਹਾਡੇ ਟਰਮੀਨਲ ਤੱਕ ਪਹੁੰਚਦੀ ਹੈ, ਸਿਲੈਕਟਰ ਸੋਚਦੇ ਉਹ ਤੁਸੀਂ ਸਿਲੈਕਟ ਕਰ ਲੈਣੀ ਹੈ, ਠੀਕ ਹੈ। ਇਹ ਸਾਡੀ ਪੀਲੀ ਤਾਰ ਛੋਟੀ ਸੀ, ਇਸ ਵਾਸਤੇ ਅਸੀਂ ਇਹਨੂੰ ਇੱਥੇ ਸਟਾਕ ਕਰ ਦਿੱਤਾ, ਅਤੇ ਇਹ ਹੁਣ ਸਾਡੀਆਂ ਦੋ ਤਾਰਾਂ ਨੇ। ਇਹ ਇੱਕ ਇਹ ਮੇਨ ਤਾਰ ਜਿਹੜੀ ਸਾਡੀ ਇਹਦੇ ਨਾਲ ਲੱਗ ਜਾਣੀ ਹੈ, ਇਹ ਬਲੈਕ ਨਾਲ। ਉਸ ਤੋਂ ਬਾਅਦ ਸਾਡੀ ਇਹ ਨੀਲੀ ਜਿਹੜੀ ਹੈ ਬੈੱਲ ਦੀ ਤਾਰ ਹੈ, ਤੁਹਾਨੂੰ ਉੱਥੇ ਵੀ ਸਮਝਾਇਆ ਪੀਲੀ ਤਾਰ, ਪੀਲੇ ਜਿਹੜੀ ਨੀਲੀ ਤਾਰ ਹੈ ਬੈੱਲ ਦੀ ਹੈ। ਇਹ ਤਰੀਕੇ ਕਾਰ ਨਾਲ ਤੁਸੀਂ ਕਨੈਕਸ਼ਨ ਕਰੋਗੇ, ਇਨਸ਼ਾਅੱਲਾ ਇਨਸ਼ਾਅੱਲਾ ਤੁਹਾਨੂੰ ਕਦੇ ਵੀ ਪੂਰੀ ਜ਼ਿੰਦਗੀ ਕਨੈਕਸ਼ਨ ਨਹੀਂ ਭੁੱਲਣ ਲੱਗੇ। ਅਤੇ ਫਿਰ ਵੀ ਕਿਸੇ ਦੋਸਤ ਨੂੰ ਨਹੀਂ ਸਮਝ ਆਈ ਤਾਂ ਮੇਰੇ ਖਿਆਲ ਨਾਲ ਕਿ ਉਹ ਪੂਰਾ ਵੀਡੀਓ 'ਤੇ ਧਿਆਨ ਨਹੀਂ ਦਿੱਤਾ, ਉਹਨੇ ਵੀਡੀਓ ਨੂੰ ਇਗਨੋਰ ਕਰ ਛੱਡਿਆ, ਇਸ ਵਾਸਤੇ ਉਹਨੂੰ ਕਨੈਕਸ਼ਨ ਦੇ ਸਾਂ। ਜੇ ਤੁਸੀਂ ਦਿਲ ਲਾ ਕੇ ਸਮਝੋਗੇ ਤਾਂ ਇਨਸ਼ਾਅੱਲਾ ਇਨਸ਼ਾਅੱਲਾ ਤੁਹਾਨੂੰ ਪੂਰੇ ਕਨੈਕਸ਼ਨ ਸਮਝ ਆ ਜਾਣਗੇ, ਡਾਇਆਗ੍ਰਾਮ ਤੋਂ ਵੀ ਸਮਝ ਆ ਜਾਣਗੇ, ਅਤੇ ਜਿਹੜਾ ਵੀਡੀਓ ਦੇ ਵਿੱਚ ਤੁਹਾਨੂੰ ਸਮਝਾ ਰਿਹਾ ਇਹਦੇ 'ਤੇ ਵੀ ਸਮਝ ਆਉਣਗੇ। ਸਭ ਤੋਂ ਪਹਿਲਾਂ ਅਸੀਂ ਮੇਨ ਕਨੈਕਸ਼ਨ, ਇਹ ਵੇਖੋ, ਇਹ ਜਿਹੜੀ ਸਾਡੇ ਕੋਲ ਚਾਰ ਤਾਰਾਂ ਵਾਲੀ ਲੀਡ ਸੀ, ਫੋਰ ਕੋਰ ਜਿਹਨੂੰ ਕਹਿੰਦੇ ਨੇ, ਇਹ ਅਸੀਂ ਦੋਏ ਲਾਲ ਅਤੇ ਬਲੈਕ ਜਿਹੜੀਆਂ ਇੱਕ ਜੁਆਇੰਟ ਕਰ ਲਿਆ, ਤਾਂ ਕਿ ਪਾਵਰ ਜਿਹੜੀ ਅੱਛੇ ਤਰੀਕੇ ਨਾਲ ਮਿਲਦੀ, ਕਿਉਂਕਿ 3-6 ਤਾਰ ਹੁੰਦੀ ਹੈ, ਬੜੀ ਬਰੀਕ ਹੁੰਦੀ ਹੈ, ਤਾਂ ਕਿ ਜਲੇ ਵਗੈਰਾ ਨਾ ਲੋਡ ਦੀ ਵਜ੍ਹਾ ਨਾਲ। ਅਤੇ ਇਹ ਵਾਲੀ ਸਾਡੀ ਜਿਹੜੀ ਤੁਹਾਨੂੰ ਦੱਸਿਆ ਵਨ ਵੇ ਦੀ ਤਾਰ ਹੈ, ਇਹ ਕਪੈਸਟਰ ਦੇ ਨਾਲ ਸਿੱਧੀ ਸਿੱਧੀ ਲੱਗ ਜਾਣੀ ਹੈ ਜਾ ਕੇ, ਠੀਕ ਹੋ ਗਿਆ। ਇਹ ਤਾਂ ਲੂਪ ਕਰ ਦਿੱਤਾ, ਉਸ ਤੋਂ ਬਾਅਦ ਦੂਸਰੀ ਸਾਈਡ 'ਤੇ ਜਿਹੜਾ ਨਾ ਇੱਕ ਜਿਹੜੀ ਟਾਈਮਰ ਦੇ ਵਿੱਚ ਪੀਲੀ ਤਾਰ ਹੈ, ਉਹਦੇ ਨਾਲ ਲਾ ਕੇ ਸਾਡੇ ਤਿੰਨਾਂ ਤਾਰਾਂ ਦੇ ਕਨੈਕਸ਼ਨ ਥੱਲੇ ਤੋਰ ਜਾਣਗੇ। ਅਗਰ ਇਹ ਤਾਂ ਬੈੱਲ 'ਤੇ ਕਹਿ ਹੁੰਦਾ ਇਸ਼ਾਰਾ, ਫਿਰ ਅਸੀਂ ਚਾਰ ਤਾਰਾਂ ਦੇ ਕਨੈਕਸ਼ਨ ਲਾਉਣੇ ਹਨ। ਹੁਣ ਸਾਨੂੰ ਤਿੰਨਾਂ ਤਾਰਾਂ ਦੀ ਜ਼ਰੂਰਤ ਹੀ ਸਨ, ਅਸੀਂ ਤਿੰਨਾਂ ਤਾਰਾਂ ਦੇ ਕਨੈਕਸ਼ਨ ਲਾ ਕੇ ਅਤੇ ਇਹਨੂੰ ਫਿੱਟ ਕਰਦਾ। ਇੰਨੇ ਕਨੈਕਸ਼ਨ ਨੇ ਸਿੰਪਲ, ਉਮੀਦ ਕਰਨਾ ਕਿ ਤੁਹਾਨੂੰ ਇੰਨੇ ਕੁ ਸਮਝ ਆ ਗਏ ਹੋਣਗੇ।
ਇਹ ਕਨੈਕਸ਼ਨ ਕਰ ਲਏ ਨੇ, ਇਨਸ਼ਾਲਾ ਇਨਸ਼ਾਲਾ ਸਾਡਾ ਉਤਲਾ ਹਿੱਸਾ ਮੁਕੰਮਲ ਹੋ ਗਿਆ। ਹੁਣ ਤੁਹਾਨੂੰ ਬੈਕ ਸਾਈਡ 'ਤੇ ਮੋਟਰ ਅਤੇ ਕਪੈਸਿਟਰ ਦੇ ਕਨੈਕਸ਼ਨ ਵੀ ਸਮਝਾਉਣਾ, ਉੱਥੇ ਤੁਹਾਨੂੰ ਮਜ਼ੀਦ ਅੱਛੇ ਤਰੀਕੇ ਨਾਲ ਸਮਝ ਆ ਜਾਏਗੀ। ਇਹ ਛੋਟੀ ਛੋਟੀ ਵੀਡੀਓ ਇਨਸ਼ਾਲਾ ਮੇਰੇ ਚੈਨਲ 'ਤੇ ਕਮ ਅਜ਼ ਕਮ 1500 ਦੇ ਲਗਭਗ ਵੀਡੀਓ ਹੈ। ਕਾਫੀ ਦੋਸਤ ਜਿਹੜੇ ਨੇ ਸਾਨੂੰ ਮਸ਼ੀਨਾਂ ਦੇ ਬਾਰੇ 'ਚ ਬਹੁਤ ਜ਼ਿਆਦਾ ਮੈਨੂੰ ਕਮੈਂਟ ਆਉਂਦੇ ਨੇ ਕਿ ਬਾਈ ਮਸ਼ੀਨ ਨਵੀਂ ਬਣਾਉਣੀ ਹੈ, ਉਹਦਾ ਤਰੀਕਾਕਾਰ ਕੀ ਹੈ, ਕਿੱਥੋਂ ਸਮਾਨ ਮਿਲੇਗਾ। ਬਾਈ ਸਾਰਾ ਸਮਾਨ ਤੁਹਾਨੂੰ ਗੁਜਰਾਲ ਵੀ ਮਿਲੇਗਾ, ਅਸੀਂ ਖੁਦ ਉੱਥੋਂ ਲਿਆ ਕੇ ਅਤੇ ਅਸੀਂ ਜੋੜ ਕੇ ਮਸ਼ੀਨਾਂ ਸੇਲ ਕਰਨੇ ਹਾਂ। ਕਾਫੀ ਅੱਛਾ ਮਾਰਜਨ ਹੁੰਦਾ ਡਰਾਇਰ ਮਸ਼ੀਨ ਵਾਸ਼ਿੰਗ ਮਸ਼ੀਨ ਦਾ। ਤੁਹਾਨੂੰ ਗੁਜਰਾਲੇ ਜਾਣਾ, ਨਮਾਨੀਆ ਰੋਡ 'ਤੇ ਬੜੀ ਵੱਡੀ ਮਾਰਕੀਟ ਹੈ, ਕੋਈ ਜ਼ਰੂਰਤ ਨਹੀਂ ਤੁਹਾਨੂੰ ਕਿਸੇ ਨੂੰ ਪੁੱਛਣ ਦੀ। ਉੱਥੇ ਦੁਕਾਨਾਂ ਦਾ ਵਿਜ਼ਿਟ ਕਰੋ, ਜਿਹੜੀ ਦੁਕਾਨ ਦਾ ਅੱਛਾ ਰੇਟ ਕੁਆਲਿਟੀ ਅੱਛੀ ਮਿਲਦੀ ਹੈ ਉੱਥੋਂ ਤੁਸੀਂ ਮਾਲ ਖਰੀਦ ਲਓ। ਜਿਹੜਾ ਅੱਛਾ ਬੰਦਾ ਹੈ, ਅੱਛੀ ਰਿਸਪੈਕਟ ਦਿੰਦਾ, ਉਹਦੇ ਕੋਲ ਮਾਲ ਖਰੀਦੋ ਤਾਂ ਕਿ ਉਹਦੇ ਨਾਲ ਕਾਰੋਬਾਰ ਕਰਨ ਦਾ, ਜਾਂ ਤੁਹਾਡੀ ਕੋਈ ਚੀਜ਼ ਰਹਿ ਜਾਂਦੀ ਹੈ ਬਕਾਇਆ, ਉਹ ਤੁਹਾਨੂੰ ਬਿਲਟੀ ਕਰਵਾ ਦੇ। ਇਸ ਤਰੀਕੇ ਨਾਲ ਕਾਰੋਬਾਰ ਹੁੰਦੇ ਨੇ। ਅਤੇ ਇਹ ਹੁਣ ਅਸੀਂ ਮੇਨ ਲੀਡ ਲਾ ਲਈ ਹੈ, ਇਹ ਸਾਡੀ ਫੋਰ ਕੋਰ ਤਾਰ ਹੈ। ਮੇਨ ਲੀਡ ਦਾ ਕਨੈਕਸ਼ਨ ਸਿਰਫ ਅਸੀਂ ਇੱਥੇ, ਅਸੀਂ ਕਿਉਂਕਿ ਪਹਿਲਾਂ ਤੁਹਾਨੂੰ ਦੱਸਿਆ ਕਿ ਅਸੀਂ ਇੱਕ ਹੀ ਤਾਰ ਬਣਾਈ ਹੈ ਰੈੱਡ ਅਤੇ ਬਲੈਕ, ਉਹ ਰੈੱਡ ਅਤੇ ਬਲੈਕ ਦਾ ਇਸ ਵਾਸਤੇ ਤਾਂ ਕਿ ਉਹਦੀ ਜਿਹੜੀ ਹੈ ਨਾ ਤਾਰ ਦੀ ਮਜ਼ਬੂਤੀ ਅੱਛੀ ਹੋ ਜਾਵੇ, ਦੋਵੇਂ ਤਾਰਾਂ ਨੂੰ ਜੁਆੜ ਕੇ ਇੱਕੋ ਤਾਰ ਦਾ ਕਰੰਟ ਅਸੀਂ ਦੇਣਾ ਉਹਦੇ ਵਿੱਚ, ਕਿਉਂਕਿ ਸਾਡਾ ਨਾ ਉੱਤੇ ਲਾਈਟ ਸੀ ਅਤੇ ਨਾ ਹੀ ਉੱਤੇ ਬੈਲ ਸੀ। ਅਗਰ ਲਾਣੀ ਪਈ ਤਾਂ ਅਸੀਂ ਇੱਥੋਂ ਕਨੈਕਸ਼ਨ ਰਿਮੂਵ ਕਰਕੇ ਉਹਨੂੰ ਚੇਂਜ ਕਰ ਸਕਦੇ ਹਾਂ। ਬਹਰਹਾਲ ਸਾਡੇ ਤਿੰਨਾਂ ਤਾਰਾਂ ਦੇ ਕਨੈਕਸ਼ਨ ਨੇ, ਚੌਂ ਦੇ ਨਹੀਂ ਕੀਤੇ ਅਸੀਂ ਇਹਦੇ ਵਿੱਚ। ਇਹ ਵੇਖੋ, ਅਸੀਂ ਮੇਨ ਲੀਡ ਦੇ ਨਾਲ ਉਹਨੂੰ ਲਾ ਕੇ ਇੱਥੇ ਟੇਪ ਕਰ ਦਿੰਦੇ ਹਾਂ, ਦਾ ਕੋਈ ਕੰਮ ਨਹੀਂ ਹੈ ਔਰ ਕਿਸੇ ਤਾਰ ਨੂੰ ਅਸੀਂ ਜੋੜਨਾ ਨਹੀਂ ਇਹਦੇ ਨਾਲ। ਸਾਡੀਆਂ ਪਿੱਛੇ ਦੋ ਤਾਰਾਂ ਬਚ ਗਈਆਂ ਨੇ ਉੱਤੇ, ਇੱਕ ਬਲੂ ਕਲਰ ਦੀ ਹੈ ਅਤੇ ਇੱਕ ਗ੍ਰੇ ਕਲਰ ਦੀ ਹੈ ਜਿਹੜੀ ਫੋਰ ਕੋਰ ਦੇ ਵਿੱਚ ਹੁੰਦੀ ਹੈ। ਉਹ ਸਿੱਧੀਆਂ ਸਿੱਧੀਆਂ ਦੋਨੋਂ ਤਾਰਾਂ ਜਿਹੜੀਆਂ ਨੇ ਕਪੈਸਿਟਰ ਦੀਆਂ ਨੇ। ਕਿਸੇ ਵੀ ਬੰਦੇ ਨੂੰ ਤੁਸੀਂ ਥੋੜ੍ਹਾ ਬਹੁਤਾ ਜਾਣਦਾ, ਉਹ ਫੋਰ ਕੋਰ ਖੋਲ੍ਹੇਗਾ ਤਾਂ ਉਹਨੂੰ ਪਤਾ ਲੱਗ ਜਾਏਗਾ ਕਪੈਸਿਟਰ ਦੀਆਂ ਨੇ, ਇਹ ਮੇਨ ਤਾਰਾਂ ਨੇ। ਸਿੰਪਲ ਇਹ ਤਰੀਕਾ ਹੁੰਦਾ। ਉਸ ਤੋਂ ਬਾਅਦ ਉਹ ਜਿਹੜੀਆਂ ਦੋ ਮੋਟਰ ਦੀਆਂ ਤਾਰਾਂ ਨੇ, ਉਹਦੇ ਵਿੱਚ ਦੋਵੇਂ ਜਿਹੜੀਆਂ ਇਹਦੇ ਵਿੱਚ ਬਲੈਕ ਕਲਰ ਨੇ ਅਤੇ ਜਾਂ ਰੈੱਡ ਕਲਰ ਨੇ, ਮੇਰੇ ਖਿਆਲ ਨਾਲ ਚੈੱਕ ਕਰਨੇ ਹਾਂ, ਤੁਹਾਨੂੰ ਵਹਾਨੇ ਹਾਂ। ਇਹ ਵਾਲੀ ਤਾਰ ਸਾਡੀ ਇੱਕ ਮੋਟਰ ਦੀ ਮੇਨ ਆ ਗਈ, ਮੇਰੇ ਖਿਆਲ ਨਾਲ ਇਹਦੇ ਵਿੱਚ ਬਲੈਕ ਕਲਰ ਦੀਆਂ ਤਾਰਾਂ ਨੇ। ਇਹ ਅਸੀਂ ਸਿਰਫ ਇਹਦੇ ਨਾਲ ਇੱਕੋ ਹੀ ਮੇਨ ਤਾਰ ਦੇ ਨਾਲ ਲੀਡ ਜੋੜ ਕੇ ਅਤੇ ਇਹਨੂੰ ਜੋੜ ਦੇਣਾ, ਤਾਂ ਕਿ ਇਹਦੇ ਵਿੱਚ ਦੂਸਰਾ ਕੋਈ ਵੀ ਕਿਸੇ ਕਿਸਮ ਦਾ ਜੋੜ ਨਹੀਂ। ਮੋਟਰ ਦੀ ਇੱਕ ਤਾਰ ਹੈ ਇੱਕ ਕਲਰ ਦੀ, ਸਿੱਧੀ ਮੇਨ ਨਾਲ ਲਾ ਦੇਣੀ ਹੈ, ਉੱਤੇ ਲਾ ਕੇ ਟੇਪ ਕਰ ਦੇਣੀ ਹੈ, ਕਦੇ ਵੀ ਤੁਹਾਡੀ ਵਾਇਰਿੰਗ ਜਿਹੜੀ ਹੈ ਸੜੇਗੀ ਨਹੀਂ। ਇਸ ਤਰੀਕੇ ਨਾਲ ਇਹ ਲਾ ਕੇ ਅਸੀਂ ਉੱਤੇ ਲੂਪੀ ਲਾ ਦਿੱਤੀ ਹੈ, ਤਾਂ ਕਿ ਇਹਦਾ ਜੋੜ ਜਿਹੜਾ ਮਜ਼ਬੂਤ ਰਹੇ। ਅਤੇ ਦੂਸਰੀ ਸਾਈਡ ਤੋਂ ਸਾਡੀ ਰਹਿ ਗਏ ਨੇ ਕਪੈਸਿਟਰ ਦੀਆਂ ਤਾਰਾਂ, ਅਤੇ ਦੋ ਤਾਰਾਂ ਮੋਟਰ ਦੀਆਂ, ਦੋ ਕਪੈਸਿਟਰ ਦੀਆਂ, ਅਤੇ ਦੋ ਜਿਹੜੀਆਂ ਉੱਤੋਂ ਸਾਡੀਆਂ ਆਈਆਂ ਨੇ ਗ੍ਰੇ ਅਤੇ ਨੀਲੀ ਤਾਰ, ਜਿਹੜੀਆਂ ਕਿ ਵਨ ਵੇ ਟੂ ਵੇ ਸਿਲੈਕਟ ਕਰਦੀਆਂ ਨੇ, ਉਹ ਤਾਰਾਂ ਨੇ, ਉਹ ਕਪੈਸਿਟਰ ਦੇ ਨਾਲ ਅਸੀਂ ਜੁਆਇੰਟ ਕਰ ਦਾਂਗੇ। ਇਸ ਤਰੀਕੇ ਨਾਲ ਸਾਡੇ ਕਨੈਕਸ਼ਨ ਬੜੇ ਪਿਆਰੇ ਅੰਦਾਜ਼ ਨਾਲ ਕੰਪਲੀਟ ਹੋ ਜਾਣਗੇ। ਇਨਸ਼ਾਅੱਲਾ ਇਨਸ਼ਾਅੱਲਾ ਤੁਹਾਨੂੰ ਲਾ ਕੇ ਚੈੱਕ ਕਰਵਾ ਕੇ ਵਹਾਨੇ ਹਾਂ। ਅਤੇ ਤੁਹਾਡੇ ਦੋਸਤਾਂ ਦਾ ਇੱਥੋਂ ਤੱਕ ਰਹਿਣ ਦਾ ਬਹੁਤ ਜ਼ਿਆਦਾ ਸ਼ੁਕਰੀਆ। ਫਿਰ ਵੀ ਕਿਸੇ ਦੋਸਤ ਨੂੰ ਸਮਝ ਨਹੀਂ ਆਈ ਤਾਂ ਲਾਜ਼ਮੀ ਕਮੈਂਟ ਕਰਕੇ ਦੱਸੋ, ਫਿਰ ਮੈਂ ਇਨਸ਼ਾਅੱਲਾ ਇਨਸ਼ਾਅੱਲਾ ਉਹਨੂੰ ਵਟਸਐਪ 'ਤੇ ਗਾਈਡ ਕਰਾਂਗਾ, ਅਗਰ ਉਹਨੂੰ ਨਹੀਂ ਸਮਝ ਆਈ ਵਾਸ਼ਿੰਗ ਮਸ਼ੀਨ ਦੇ ਕਨੈਕਸ਼ਨ ਦਾ। ਇਹੀ ਕਨੈਕਸ਼ਨ ਡਰਾਇਰ ਦੇ ਨੇ, ਸਿੰਪਲ, ਕੋਈ ਇਹ ਤਿੰਨ ਹੀ ਤਾਰਾਂ ਹੁੰਦੀਆਂ ਨੇ ਡਰਾਇਰ ਦੀਆਂ ਵੀ, ਉਹਦੇ ਵਿੱਚ ਕਪੈਸਿਟਰ ਨਾਲ ਸਿਰਫ ਅਸੀਂ ਇੱਕ ਸਾਈਡ 'ਤੇ ਇੱਕ ਤਾਰ ਲਾਉਣੀ ਹੈ ਮੇਨ, ਇੱਕ ਸਾਈਡ 'ਤੇ ਸਾਡੀ ਕਪੈਸਿਟੀ ਮੋਟਰ ਦੀ ਕਪੈਸਿਟੀ ਦੀ ਲੱਗਣੀ, ਉਹ 'ਚ ਵਨ ਵੇ ਟੂ ਵੇ ਨਹੀਂ ਹੁੰਦਾ। ਉਹ ਸਿੰਪਲ ਤਾਂ ਕਨੈਕਸ਼ਨ ਹੁੰਦੇ ਨੇ ਟੈਮਰ 'ਤੇ, ਬਾਅਦ ਦਫਾ ਇੱਕ ਹੀ ਟੈਮਰ ਲੱਗਾ ਹੁੰਦਾ, ਬਾਅਦ ਦਫਾ ਸਿਲੈਕਟਰ ਸੁੱਚ ਲੱਗਾ ਹੁੰਦਾ, ਤਾਂ ਸਿਲੈਕਟਰ ਸੁੱਚ ਦਾ ਆਨ ਆਫ 'ਤੇ ਕੰਮ ਕਰਦਾ, ਹੋਰ ਉਹਦੇ 'ਚ ਕੋਈ ਮਸਲਾ ਨਹੀਂ ਐਡਾ ਹੁੰਦਾ। ਡਰਾਇਰ ਦੇ ਕਨੈਕਸ਼ਨ ਵੀ ਸਿੰਪਲ ਐਸੇ ਤਰੀਕੇ ਨਾਲ ਹੁੰਦੇ ਨੇ, ਮੋਟਰ ਵੀ ਐਡੀ ਹੁੰਦੀ ਹੈ, ਕਪੈਸਿਟਰ ਵੀ ਆਹੀ ਹੁੰਦਾ, ਲੀਡ ਵੀ ਐਸੇ ਤਰੀਕੇ ਨਾਲ, ਲੇਕਿਨ ਉਹਦਾ ਟੈਮਰ ਦੀਆਂ ਦੋ ਤਾਰਾਂ ਹੁੰਦੀਆਂ ਨੇ ਸਿਰਫ, ਉਹ ਆਨ ਆਫ ਦਾ ਹੀ ਕੰਮ ਕਰਦੀਆਂ, ਜਿਸ ਤਰ੍ਹਾਂ ਕਿ ਅਸੀਂ ਬੈੱਡ ਸੁੱਚ ਦੇ ਨਾਲ ਤਾਰ ਲਾਉਂਦੇ ਹਾਂ, ਇਸੇ ਤਰੀਕੇ ਨਾਲ ਚੱਲਦਾ। ਇਹ ਸਾਡੇ ਕਨੈਕਸ਼ਨ ਨੇ, ਸਮਝ ਗਏ ਹੋਣੇ ਹੋ। ਇੱਕ ਤਾਰ ਅਸੀਂ ਨੀਲੀ ਗ੍ਰੇ ਕਪੈਸਿਟਰ ਦੀਆਂ, ਇੱਕ ਮੋਟਰ ਦੀ, ਦੋ ਕਪੈਸਿਟਰ ਦੀਆਂ, ਇਸ ਤਰੀਕੇ ਨਾਲ ਅਸੀਂ ਲਾ ਕੇ ਇਹਨੂੰ ਸਿਲੈਕਟ ਕਰਤਾ।
ਫਿਰ ਉਸ ਤੋਂ ਬਾਅਦ ਇਹ ਡਾਇਆਗ੍ਰਾਮ ਉੱਤੇ ਤੁਸੀਂ ਸਮਝ ਸਕਦੇ ਹੋ। ਇਹ ਵੀਡੀਓ ਦੇ ਵਿੱਚ ਮੌਜੂਦ ਹੈ, ਸਕਰੀਨਸ਼ਾਟ ਕਿਸੇ ਨੇ ਲੈਣਾ ਤਾਂ ਵੀਡੀਓ 'ਚ ਜਾ ਕੇ ਵੇਖ ਕੇ ਲੈ ਸਕਦਾ ਅਗਰ ਤੁਸੀਂ ਸਕਿੱਪ ਕਰਕੇ ਐਂਟਰ 'ਤੇ ਪਹੁੰਚ ਗਏ ਹੋ ਤੇ। ਅਤੇ ਇਹ ਉਮੀਦ ਕਰਨਾ ਕਿ ਇੱਥੋਂ ਤੱਕ ਤੁਹਾਨੂੰ ਮਜ਼ੀਦ ਸਮਝ ਆ ਗਈ ਹੋਗੀ ਅਤੇ ਵੀਡੀਓ ਅੱਛੀ ਲੱਗਦੀ ਹੈ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਤਾਂ ਕਿ ਅੱਛੀਆਂ ਅੱਛੀਆਂ ਮਲੂਮਾਤੀ ਅਤੇ ਇਨਫੋਰਮੇਟਿਵ ਵੀਡੀਓ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਹੀਏ। ਅਤੇ ਅਲਹਮਦੁਲਿਲਾ ਸਾਡੇ ਕਨੈਕਸ਼ਨ ਕੰਪਲੀਟ ਹੋ ਗਏ ਨੇ, ਮੋਟਰ ਨੂੰ ਕਰਨੇ ਆ ਚੈੱਕ। ਅਤੇ ਇਹ ਵੇਖੋ ਇਹਦੇ ਵਿੱਚ ਮਸਲਾ ਕੀ ਸੀ ਕਿ ਇਹਦੀਆਂ ਤਾਰਾਂ ਸਾਰੀਆਂ ਚੂਹੇ ਨੇ ਟੁੱਕ ਦਿੱਤੀਆਂ ਸਨ ਅਤੇ ਜਦੋਂ ਚੂਹਾ ਫਿਰ ਜਾਂਦਾ ਵਿੱਚ ਤਾਂ ਕੋਈ ਚੀਜ਼ ਸਾਫ਼ ਨਹੀਂ ਛੱਡਦਾ, ਉਹ ਟੈਮਰ ਦੀਆਂ ਸਿਲੈਕਟਰ ਸੁੱਚ ਦੀਆਂ ਫੋਰ ਕੋਰ ਸਾਰੀਆਂ ਤਾਰਾਂ ਉਹਨੇ ਜ਼ਾਇਆ ਕਰ ਦਿੱਤੀਆਂ। ਅਸੀਂ ਨਵੇਂ ਸਿਰੇ ਤੋਂ ਯਾਨੀ ਕਿ ਇਹਦੀ ਵਾਇਰਿੰਗ ਕਰਕੇ ਤੁਹਾਨੂੰ ਸਮਝਾਇਆ, ਡਾਇਆਗ੍ਰਾਮ ਦੇ ਵਿੱਚ ਵੀ ਸਮਝਾਇਆ। ਅਤੇ ਬੜੀ ਮਿਹਰਬਾਨੀ ਦੋਸਤਾਂ ਦੀ ਇੱਥੋਂ ਤੱਕ ਵੀਡੀਓ ਵੇਖਣ ਦੀ, ਔਰ ਉਮੀਦ ਕਰਨਾ ਕਿ ਤੁਹਾਨੂੰ ਕਾਫ਼ੀ ਕੁਛ ਇਸ ਵੀਡੀਓ 'ਚ ਸਿੱਖਣ ਨੂੰ ਮਿਲਿਆ ਹੋਏਗਾ। ਅਤੇ ਐਪ ਹੁੰਦਾ, ਬਾਜ਼ ਦਫ਼ਾ ਕੋਈ ਬੜੇ ਦੋਸਤ ਐਪ ਪੁੱਛਦੇ ਨੇ ਪੈਪ ਜੋ ਸਾਡੇ ਕੋਲ ਖਰੀਦਣੇ ਯਾਰ, ਇਹਦੇ 3 ਸਾਈਜ਼ ਨੇ, ਇਹਦਾ ਕੀ ਕਰੀਏ। ਅਤੇ ਇਹ ਸਾਈਜ਼ ਬਾਈ ਜਾਨ ਤੁਸੀਂ ਇਸ ਤਰ੍ਹਾਂ ਕੱਟ ਲੈਣੇ ਛੁਰੀ ਨਾਲ, ਪਹਿਲਾ ਸਾਈਜ਼ ਤਾਂ ਲਾਜ਼ਮੀ ਤੁਹਾਨੂੰ ਕੱਟਣਾ ਪੈਂਦਾ, ਉਸ ਤੋਂ ਬਾਅਦ ਇਸ 'ਤੇ ਮਜ਼ੀਦ 2 ਸਾਈਜ਼ ਹੋਰ ਹੁੰਦੇ ਨੇ, ਉਹਨਾਂ ਦੇ ਵਿੱਚ ਵੀ ਅਗਰ ਸਾਈਜ਼ ਨਹੀਂ ਆਏ ਉਹਨੂੰ ਵੀ ਕੱਟ ਕੇ ਅਤੇ ਲਾਸਟ ਵਾਲਾ ਅਤੇ ਲਾਜ਼